ਗੱਡੀ ਤੇ ਨਹੀਂ ਘੇਰੀ ਹੋਈ ਮੈਂ ਇਹਨੂੰ ਕਿਹਾ ਮੈਂ ਕਿਹਾ ਤੈਨੂੰ ਮੈਂ ਥਾਣੇ ਚ ਕਾਉਣਾ ਵੀ ਤੂੰ ਮੈਂ ਹਲੇ ਤੈਨੂੰ 1000 ਦਾ ਸਮਾਨ ਲੈ ਕੇ ਦੇ ਕੇ ਚੱਲਿਆ ਤੇ ਹੋਰ ਦੋ ਗੱਡੀਆਂ ਘੇਰੀ ਜਾਂਦਾ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਸੀ ਮੈਂ ਇਹ ਬੀਕਾਨੇਰ ਤੋਂ ਆਏ ਹੋਏ ਦੱਸਦੇ ਆਪਦੇ ਆਪ ਨੂੰ ਕਹਿੰਦੇ ਅਸੀਂ ਇੱਥੇ ਰੋਡਾਂ ਦਾ ਕੰਮ ਕਰਾਂਗੇ ਜੇ ਵੋ ਇਹ ਇੱਥੇ ਸੁਧਾਰ ਖੜੇ ਸੀ ਅੱਜ ਸਾਰਾ ਸਵੇਰ ਤੋਂ ਲੈ ਕੇ ਹੁਣ ਟਾਈਮ ਹੋ ਗਿਆ 4:15 ਵੱਜ ਗਿਆ ਤੇ ਇੱਥੇ ਖੜੇ ਰਹੇ ਆ ਸਵੇਰ ਦੇ 9 ਵਜੇ ਤੋਂ ਲੈ ਕੇ ਸੁਧਾਰ ਪਿੰਡ ਗੁਰੂ ਗੋਬਿੰਦ ਸਿੰਘ ਮਾਰਗ ਤੇ ਤੇ ਇਹ ਮਤਲਬ ਕਮ ਸੇ ਕਮ ਹੁਣੇ ਇੱਧਰ ਉੱਧਰ ਹੋਏ ਹੋਏ ਸੀ ਬੱਚੇ ਆ ਇਹਨਾਂ ਕੋਲੇ ਇਹ ਕਮ ਸੇ ਕਮ 20 ਜਣੇ ਆ ਇਹਦੇ ਵਿੱਚ ਜਨਾਨੀਆਂ ਨੇ ਇਹਨਾਂ ਕੋਲ ਊਠ ਆ ਇੱਕ ਤੇ ਇਹ ਖੜੇ ਰਹੇ ਇੱਥੇ ਮੈਂ ਆ ਰਿਹਾ ਸੀ ਕਾਲਜ ਤੋਂ ਆਪਣੇ ਕਾਲਜ ਮੈਂ ਪੜ੍ਹਾਉਂਦਾ ਵਾਂ ਤੇ ਅੱਜ ਥੋੜਾ ਲੇਟ ਹੋ ਗਿਆ ਅੱਜ ਲੇਟ ਪਹੁੰਚੇ ਜਦੋਂ ਤੇ ਇਹਨਾਂ ਰਸਤੇ ਦੇ ਵਿੱਚ ਮੈਨੂੰ ਵੀ ਘੇਰਿਆ ਤੇ ਇਹਨਾਂ ਨੇ ਰਿਕੁਐਸਟ ਜਿਵੇਂ ਕਰ ਰਹੇ ਸੀ ਹਰੇਕ ਨੂੰ ਮੈਨੂੰ ਵੀ ਘੇਰਿਆ ਕੋਈ ਗੱਡੀ ਰੁਕੀ ਕੋਈ ਨਹੀਂ ਰੁਕੀ ਕਿ ਅਸੀਂ ਆਪਣਾ ਵੀ ਸਾਡੀ ਮਦਦ ਕਰੋ ਸਾਡੇ ਕੋਲ ਹੈ ਨਹੀਂ ਖਾਣ ਨੂੰ ਕੁਛ ਹੈ ਨਹੀਂਗਾ ਤੇ ਇਹਨਾਂ ਨੇ ਆਪਣੀ ਮੈਨੂੰ ਕਹਿੰਦੇ ਵੀ ਆਟੇ ਦੀ 10 ਕਿਲੋ ਆਟਾ ਲੈ ਦਿਓ ਸਾਨੂੰ ਬੱਚੇ ਭੁੱਖੇ ਆ ਚੌਲ ਹੋਰ ਲੈ ਦਿਓ ਤੇਲ ਲੈ ਦਿਓ ਦੇਗੀ ਮਿਰਚ ਸਿੰਪਲ ਮਿਰਚ ਵੀ ਨਹੀਂ ਚਲੋ ਮੈਂ ਸਾਰਾ ਕੁਛ ਇਹਨਾਂ ਨੂੰ 1000 ਰੁਪਏ ਦਾ ਸਮਾਨ ਲੈ ਤਾ ਆਹ ਬਾਈ ਦੀ ਦੁਕਾਨ ਤੋਂ ਤੇ ਇਹ ਬਾਈ ਦੀ ਦੁਕਾਨ ਤੋਂ ਮੈਂ ਸਮਾਨ ਲੈ ਲਿਆ ਤੇ ਜਦੋਂ ਲੈ ਲਿਆ ਚਲੋ ਬਾਈ ਨੇ ਮੈਨੂੰ ਕਿਹਾ ਵੀ ਪਹਿਲਾਂ ਕਹਿੰਦਾ ਵੀ ਵੀਰੇ ਵੀ ਏਦਾਂ ਵੀ ਆਪਣਾ ਵੀ ਤੁਸੀਂ ਹਿਸਾਬ ਨਾਲ ਹੀ ਲੈ ਕੇ ਦਿਓ ਸਮਾਨ ਤੇ ਵੀ ਚਲੋ ਬਾਈ ਨੇ ਦੱਸਿਆ ਕਹਿੰਦਾ ਆਪਾਂ ਨੂੰ ਕੋਈ ਲਾਲਚ ਨਹੀਂ ਆ ਸਮਾਨ ਵੇਚਣ ਦਾ ਤੇ ਵੀ ਹਿਸਾਬ ਨਾਲ ਹੀ ਲੈ ਕੇ ਦਿਓ ਸਮਾਨ ਤੇ ਇਹਨਾਂ ਨੇ ਚਲੋ ਬਾਈ ਨੇ ਆਪ ਨੇ ਮੈਨੂੰ ਵੇਅਰ ਕੀਤਾ ਚਲੋ ਆਪਾਂ ਨੂੰ ਇੱਕ ਹੁੰਦਾ ਮਨ ਦੇ ਵਿੱਚ ਵੀ ਆਪਾਂ ਯਾਰ ਨਹੀਂ ਚਲੋ ਮਦਦ ਕਰੀਏ ਵਿਚਾਰੇ ਗਰੀਬ ਆ ਬੱਚੇ ਆ ਵਿੱਚ ਬਹੁਤ 7-8 ਬੱਚੇ 10 ਤੇ ਇਹਨਾਂ ਨੂੰ ਲੈ ਤਾ ਇੱਥੋਂ ਸਮਾਨ ਤੇ ਉਸ ਤੋਂ ਬਾਅਦ ਜੋ ਬਾਈ ਤੋਂ ਮੈਂ ਗੱਲਬਾਤ ਕੀਤੀ ਹੈ ਵੀਰ ਉਹਨੇ ਬੜਾ ਇਮਾਨਦਾਰੀ ਨਾਲ ਕਹਿੰਦਾ ਯਾਰ ਕਹਿੰਦਾ ਸਵੇਰ ਦਾ ਮੇਰੇ ਤੋਂ ਇਹ ਵੀ 10 ਕਿੰਨੇ ਜਣੇ ਆ ਗਏ ਹੋਣੇ ਵੀਰੇ ਤੁਹਾਡੇ ਕੋਲ ਮੈਂ ਫੇਰ ਵੀ ਗਿਣਤੀ ਇੱਕ ਕਿੰਨੀ ਹੋਊਗੀ 10-12 ਬੰਦੇ ਆ ਗਏ ਤੇ ਕਿਸੇ ਤੋਂ 1000 ਦਾ ਸਮਾਨ ਮਤਲਬ ਇਹ ਕੁੱਲ ਮਿਲਾ ਕੇ ਜੇ 10-11 ਜਣੇ ਆਏ 10-15 ਹਜ਼ਾਰ ਰੁਪਏ ਦਾ ਸਮਾਨ ਇਕੱਠਾ ਕਰਕੇ ਉਹਦੇ ਊਠ ਦੇ ਵਿੱਚ ਲੱਦ ਕੇ ਤੇ ਹੁਣ ਜਦੋਂ ਮੇਰੇ ਮੈਨੂੰ ਥੋੜਾ ਗੁੱਸਾ ਚੜਿਆ ਤੇ ਮੈਂ ਕਿਹਾ ਵੀ ਤੁਸੀਂ ਯਾਰ ਮੈਂ ਇੱਕ ਗੱਡੀ ਹਲੇ ਮੈਂ ਸਮਾਨ ਲੈ ਕੇ ਦੇ ਰਿਹਾ ਮੇਰੇ ਮਗਰ ਤੁਸੀਂ 2 ਗੱਡੀਆਂ ਹੋਰ ਰੋਕ ਲਈਆਂ ਹਨਾ ਤੇ ਉੱਥੇ ਤਾਂ ਲਾਈਨ ਲੱਗ ਗਈ ਭੀੜ ਲੱਗ ਗਈ ਚਲੋ ਬੰਦੇ ਨਹੀਂ ਪਤਾ ਹੁੰਦਾ ਕਿਸੇ ਨੂੰ ਕਿਸੇ ਦੁਕਾਨ ਤੇ ਲੈ ਕੇ ਵੜ ਜਾਂਦੇ ਤੁਹਾਡੇ ਕੋਲ 10 ਆਏ ਨੇ ਹੋਰ ਵੀ ਥਾਵਾਂ ਤੇ ਲੈ ਕੇ ਗਏ ਹੋਣ ਨਹੀਂ ਆਪਾਂ ਇਹ ਲੋਕਾਂ ਨੂੰ ਮੈਂ ਵੀਡੀਓ ਪਾਉਣ ਦਾ ਮਕਸਦ ਮੈਨੂੰ ਵੀ ਨਾ ਐ ਹਾਂ ਬਿਲਕੁਲ ਆਪਣੇ ਗੁਰਦੁਆਰਾ ਸਾਹਿਬ ਵੀ ਆਉਣ ਵਾਲੇ ਹੁੰਦੇ ਲੋਕ ਜ਼ਿਆਦਾ ਬਿਲਕੁਲ ਨਹੀਂ ਮਤਲਬ ਇਹ ਮੈਂ ਆਪਾਂ ਨੂੰ ਠੱਗੇ ਮੈਂ ਨਾ ਮੈਂ ਮੁੜ ਕੇ ਆਇਆ ਮੈਂ ਉੱਥੇ ਘਰ ਕੋਲੇ ਚਲੇ ਗਿਆ ਸੀ ਆਪਣਾ ਘਰ ਉੱਥੇ ਮੋੜਤੀ ਆ ਤੁਹਾਨੂੰ ਪਤਾ ਹੀ ਹੈ ਨਾ ਗੱਲ ਤਾਂ ਸੁਣੋ ਮੈਂ ਆਪਦੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਥੋੜੀ ਨੇ ਮੈਂ ਥੋੜਾ ਤਾਂ ਨਹੀਂ ਗੱਲ ਤੁਸੀਂ ਤਾਂ ਮੈਨੂੰ ਅਵੇਅਰ ਕੀਤਾ ਪਹਿਲਾਂ ਬਈ ਹਿਸਾਬ ਨਾਲ ਲਈ ਨਹੀਂ ਸਮਾਨ ਮੈਂ ਤਾਂ ਆਪਦੇ ਲੋਕਾਂ ਨੂੰ ਯਾਰ ਹੋਰ ਪਤਾ ਲੱਗ ਜਾਵੇ ਆਪਾਂ ਪੁੰਨ ਕਰਦੇ ਆ ਪਰ ਆਪਾਂ ਮੈਂ ਠੱਗਿਆ ਜਿਹਾ ਮਹਿਸੂਸ ਕੀਤਾ ਮੈਂ ਕਿਹਾ ਮੈਂ ਮੁੜ ਕੇ ਦੇਖਾਂ ਵੀ ਇਹਨਾਂ ਨੇ ਹੋਰ ਕਿਸੇ ਗੱਡੀ ਤੇ ਨਹੀਂ ਘੇਰੀ ਹੋਈ ਮੈਂ ਇਹਨੂੰ ਕਿਹਾ ਮੈਂ ਕਿਹਾ ਤੈਨੂੰ ਮੈਂ ਥਾਣੇ ਚ ਕਾਉਣਾ ਵੀ ਤੂੰ ਮੈਂ ਹਲੇ ਤੈਨੂੰ 1000 ਦਾ ਸਮਾਨ ਲੈ ਕੇ ਦੇ ਕੇ ਚੱਲਿਆ ਤੇ ਹੋਰ 2 ਗੱਡੀਆਂ ਘੇਰੀ ਜਾਂਦਾ ਵੀ ਕਿੰਨਾ ਕਿ ਤੈਨੂੰ ਆਟਾ ਚਾਹੀਦਾ 10 ਕਿਲੋ ਮੈਂ ਲਿਆ ਤਾਂ ਮੁੱਕ ਜੂਗਾ 10 ਕਿਲੋ ਜਿੰਨੇ ਜਾਣੇ ਹੋ ਤੁਸੀਂ ਵੀ ਕਿੰਨੀ ਰੋਟੀ ਤੇ ਮੈਂ ਮੁੜ ਕੇ ਆਇਆ ਤੇ ਮੈਂ ਦਬਕਾ ਮਾਰ ਗਿਆ ਤਾਂ ਇਹ ਹੁਣ ਚੱਲਦੇ ਬਣੇ ਹੁਣ ਇਹ ਗਾਹਾਂ ਜਾ ਕੇ ਘਮਾਣਾ ਜਾਂ ਇੱਥੇ ਆਪਣਾ ਮੋਹੀ ਲੰਘ ਕੇ ਰੋਕ ਲੈਣਗੇ ਜੋਧਾਂ ਕੋਲੇ ਇਹਨਾਂ ਨੇ ਉੱਥੇ 10-15 ਹਜ਼ਾਰ ਦਾ ਸਮਾਨ ਉੱਥੋਂ ਇਕੱਠਾ ਕਰਨਾ ਕੱਲ੍ਹ ਦਾ ਦਿਨ ਨਹੀਂ ਨਹੀਂ ਵੀਰੇ ਤੁਸੀਂ ਤਾਂ ਮਤਲਬ ਤੁਸੀਂ ਤਾਂ ਮੈਨੂੰ ਅਵੇਅਰ ਕੀਤਾ ਆਪਾਂ ਤੇ ਲੋਕਾਂ ਨੂੰ ਇਹ ਤਾਂ ਆਪਾਂ ਇੱਕ ਸੋਸ਼ਲ ਮੀਡੀਆ ਤੇ ਚੀਜ਼ ਪੈ ਜਾਵੇ ਮਤਲਬ ਠੀਕ ਹੈ ਇਹ ਰਾਜਸਥਾਨੀ ਬੰਦੇ ਆਪਾਂ ਇਹਨਾਂ ਦਾ ਇਹਨਾਂ ਨੂੰ ਸਮਾਨ ਇੰਨਾ ਕੁ ਵੀ ਆਲੇ ਦੁਆਲੇ ਪੁੱਛ ਕੇ ਲੈ ਕੇ ਦਿਓ ਆਪਾਂ ਯਾਰ 1000 ਰੁਪਏ ਦਾ ਲਿਆ ਤਾ ਜੇ 10 ਤੁਹਾਡੀ ਦੁਕਾਨ ਤੇ ਆਏ 10 ਮੈਨੂੰ ਲੱਗਦਾ ਸਵੇਰ ਦੇ ਹੋਰ ਤੇ ਹੋਣੇ 10 ਹੋਰ ਤੇ ਰੁਪਈਆ 25-30 ਹਜ਼ਾਰ ਦਾ ਸਮਾਨ ਇਕੱਠਾ ਕਰਕੇ ਚੱਲਦੇ ਹੁਣ ਆ ਮੈਂ ਉਹੀ ਗੱਲ ਦਾ ਜੀ 10 ਜਣ ਤੁਸੀਂ ਕਹਿੰਦੇ ਕੋਈ 1100 ਦਾ ਦੇ ਗਿਆ ਕੋਈ 1500 ਦਾ ਲੈ ਗਿਆ ਮੈਂ ਕਹਿੰਦਾ ਤੁਸੀਂ ਉਰੇ ਖੜ ਜਾਂਦੇ ਹੁੰਦਾ ਨਾਲ ਵਾ ਹੁੰਦਾ ਜੀ
फायदा नजायज ना चको असि राजे रेहड़ी पल्ली थले लद्या चलो भी कुल मिला के गल वीडियो का मैसेज ये मैं चलो अपा की शकल दिखानी है कुछ गल हो रही है ते बाई का भी चलो इना भी वीर कम से कम इथो 10-15 हजार का समान लै गए होर दो तीन दुकाना तो इन्होंने मतलब 25-30 हजार का समान कट्ठा कर लिया इन्होंने अज ची मैं लगता 1 लाख रुपये का समान कट्ठा करके कितना ना कितने वेचना वा सारे इमानदार नहीं होंगे जिम्मे भीर इन्हें मैंने पहले ही इशारा करता है यार आप चीजा तो बचीए जो आप जिन्हू देने आप जरूर मदद करिए चलते फिरते है जेडे मतलब एक तरह ना ठगी हुई एक तरह की यार मतलब कोई जो 1 लाख रुपये का समान कट्ठा कर लेने मंग के दिन दे ए चीज तो आप प्लीज पंजाबी अवेयर होइए। धन्यवाद, सत श्री अकाल।